ਹੈਲੋ ਸਟੂਡੈਂਟਸ, ਹਾਊ ਆਰ ਯੂ? ਸੋ ਅੱਜ ਜਦੋਂ ਕਿ ਸਾਰੇ ਬੱਚਿਆਂ ਨੂੰ ਔਨਲਾਈਨ ਪੜ੍ਹਨਾ ਪੈ ਰਿਹਾ, ਹਰ ਬੱਚੇ ਨੂੰ ਹੁੰਦਾ ਕਿ ਫਟਾਫਟ ਸਾਨੂੰ ਨੋਟਸ ਮਿਲ ਜਾਣ, ਔਨਲਾਈਨ ਮਿਲ ਜਾਣ, ਔਨਲਾਈਨ ਸਾਡੀ ਸਟੱਡੀ ਸਟਾਰਟ ਹੋ ਜਾਵੇ ਤਾਂ ਕਿ ਸਾਡੀ ਸਟੱਡੀ ਦਾ ਨੁਕਸਾਨ ਨਾ ਹੋਵੇ, ਆਪਾਂ ਟੀਚਰਸ ਨੂੰ ਵਾਰ ਵਾਰ ਫੋਨ ਕਰ ਰਹੇ ਹਾਂ, ਆਪਾਂ ਦੋਸਤਾਂ ਯਾਰਾਂ ਨੂੰ ਵਾਰ ਵਾਰ ਫੋਨ ਕਰ ਰਹੇ ਹਾਂ ਕਿ ਯਾਰ ਕੁਛ ਭਿਜਵਾ ਦਿਉ, ਆਪਾਂ ਪੜ੍ਹਾਈ ਸ਼ੁਰੂ ਕਰੀਏ, ਠੀਕ? ਅਤੇ ਕਈ ਵਾਰ ਫਿਰ ਸਾਡਾ ਧਿਆਨ ਜਾਂਦਾ ਕਿ ਯੂਟਿਊਬ ਤੋਂ ਤਾਂ ਸਭ ਕੁਝ ਮਿਲ ਹੀ ਜਾਏਗਾ, ਅਤੇ ਯੂਟਿਊਬ 'ਤੇ ਵੀ ਕੀ ਚੱਕਰ ਹੁੰਦਾ ਕਿ ਕਿੰਨੀਆਂ ਸਾਰੀਆਂ ਵੀਡੀਓਜ਼ ਪਈਆਂ, ਕਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਹੈ, ਯੂਪੀ ਬੋਰਡ ਦੀਆਂ ਵੀ ਅਵੇਲੇਬਲ ਹੈ, ਜਾਂ ਮੱਧ ਪ੍ਰਦੇਸ਼ ਬੋਰਡ ਦੀਆਂ ਵੀ, CBSE ਦੀਆਂ ਵੀ ਅਵੇਲੇਬਲ ਪਈ ਹੈਗੀਆਂ, ਤਾਂ ਉਹਦੇ ਕਰਕੇ ਉੱਥੋਂ ਵੀ ਸਾਨੂੰ ਕਨਫਿਊਜ਼ਨ ਹੋਣ ਲੱਗ ਜਾਂਦੀ ਕਿ ਕਿਹੜਾ ਕਰੀਏ ਕਿਹੜਾ ਨਾ ਕਰੀਏ। ਓਕੇ, ਸੋ ਫਿਲਹਾਲ ਮੈਂ ਜਿਹੜੀਆਂ ਈ ਬੁੱਕਸ ਤਿਆਰ ਕੀਤੀਆਂ ਹਨ, ਜਿਹਦੇ 'ਚ ਤੁਹਾਨੂੰ ਕਿਤੇ ਕੁਛ ਲੱਭਣ ਦੀ ਲੋੜ ਨਹੀਂ ਪੈਗੀ। ਸਟਾਰਟਿੰਗ ਕੀਤੀ ਹੈ ਸਿਰਫ ਇੰਗਲਿਸ਼ ਤੋਂ, ਹੁਣ ਮੈਥ ਦਾ ਵੀ ਹੌਲੀ ਹੌਲੀ ਸ਼ੁਰੂ ਕਰ ਰਹੇ ਹਾਂ, ਉਹ ਵੀ ਜਲਦੀ ਤਿਆਰ ਹੋ ਜਾਏਗੀ। ਇੱਕ ਵੈਬਸਾਈਟ ਵੀ ਮੇਨਟੇਨ ਕਰ ਰਹੇ ਹਾਂ ਜਿੱਥੇ ਸਾਡੇ ਸਾਰੀਆਂ ਕਲਾਸਿਸ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਵੀ, CBSE ਦੀਆਂ ਵੀ, ਅਤੇ ਸਾਰੇ ਸਬਜੈਕਟਸ ਉਹਦੀਆਂ ਵੀਡੀਓਜ਼ ਉੱਥੇ ਮੈਂ ਉਹਨੂੰ ਅਪਡੇਟ ਕਰਦਾਂਗਾ, ਤਾਂ ਕਿ ਤੁਹਾਨੂੰ ਹੋਰ ਕਿਤੇ ਵੀ ਕੁਛ ਲੱਭਣ ਦੀ ਲੋੜ ਨਾ ਪਵੇ, ਇੱਕ ਸਟੇਸ਼ਨ 'ਤੇ ਹੀ ਤੁਹਾਨੂੰ ਸਾਰਾ ਮਟੀਰੀਅਲ ਮਿਲ ਜਾਵੇ। ਸੋ ਫਿਲਹਾਲ ਜਿਸ ਤਰ੍ਹਾਂ ਮੈਂ ਈ ਬੁੱਕਸ ਹੈ ਤਿਆਰ ਕੀਤੀਆਂ, ਇਹ ਕਿੱਦਾਂ ਵਰਕ ਕਰਦੀਆਂ, ਜਿੱਦਾਂ 7th ਦੀ ਈ ਬੁੱਕ ਹੈ, ਮੈਂ ਇੱਥੇ ਕਲਿੱਕ ਕੀਤਾ। ਸੋ ਇੱਥੇ ਤੁਹਾਡੇ ਜਿੰਨੇ ਵੀ ਲੈਸਨਸ ਆ, ਪੂਰਾ ਸਿਲੇਬਸ ਟੋਟਲ A to Z, ਇਹ ਸਾਰਾ ਇੱਥੇ ਕਵਰਡ ਹੋਏਗਾ, ਠੀਕ ਹੈ, ਪਹਿਲੇ ਲੈਸਨ ਤੋਂ ਲੈ ਕੇ ਅਖੀਰ ਤੱਕ। ਸੋ ਇੱਥੇ ਜਿਸ ਤਰ੍ਹਾਂ ਪਹਿਲੇ 3 ਲੈਸਨਸ ਫਸਟ ਸਮੈਸਟਰ ਦੇ, ਅਗਲੇ 3 ਲੈਸਨਸ ਸੈਕਿੰਡ ਸਮੈਸਟਰ ਦੇ, ਸੋ ਉਸ ਤੋਂ ਅਗਲੇ 3 ਲੈਸਨਸ 3rd ਸਮੈਸਟਰ ਦੇ। ਓਕੇ, ਇਸੇ ਤਰ੍ਹਾਂ ਹੀ 3 ਲੈਸਨਸ ਕਰਕੇ ਇੱਕ ਸਮੈਸਟਰ ਤੁਸੀਂ ਤਿਆਰੀ ਕਰ ਸਕਦੇ ਹੋ, ਠੀਕ। ਟੋਟਲ ਸਿਲੇਬਸ ਵਿੱਚ ਇਹ ਗਰਾਮਰ ਦਾ ਵਿੱਚ ਸਾਰਾ ਲੈਸਨ ਵਾਈਜ਼ ਕਵਰ ਹੈ, ਅਤੇ ਰੋਜ਼ ਤੁਸੀਂ ਚਾਹੇ ਇੱਕ ਇੱਕ ਲੈਸਨ ਦੇਖੀ ਜਾਓ, ਚਾਹੇ 10-10 ਮਿੰਟ ਤੋਂ ਪੜ੍ਹੀ ਜਾਓ, ਤੁਹਾਡੀ ਆਰਾਮ ਨਾਲ ਤਿਆਰੀ ਹੋ ਜਾਏਗੀ, ਠੀਕ। ਸੋ ਜਿਸ ਤਰ੍ਹਾਂ ਲੈਸਨ, ਮੈਂ ਇੱਥੇ ਕਲਿੱਕ ਕਰ ਰਿਹਾ ਦ ਟ੍ਰੇਨਸ ਕੰਪਲੀਟ ਲੈਸਨ, ਮੈਂ ਇੱਥੇ ਕਲਿੱਕ ਕੀਤਾ। ਸੋ ਕਲਿੱਕ ਕਰਨ 'ਤੇ ਕੀ ਹੋਏਗਾ, ਉਹ ਲੈਸਨ ਤੁਹਾਡੇ ਸਾਹਮਣੇ ਚੱਲਣਾ ਸ਼ੁਰੂ ਹੋ ਜਾਏਗਾ। ਭਾਰਤ ਵਿੱਚ ਗੱਡੀਆਂ ਧਰਤੀ 'ਤੇ ਚੱਲਣ ਵਾਲੇ ਯਾਤਾਯਾਤ ਦੇ ਸਾਧਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸਾਧਨ ਹੈ। ਸਰ ਮੈਂ ਥੋੜ੍ਹਾ ਜਿਹਾ ਅੱਗੇ ਕਰ ਰਿਹਾ। ਸੋ ਇਹ 'ਚ ਕੰਪਲੀਟ ਲੈਸਨ ਵਿੱਚ ਸਾਨੂੰ ਕਿ ਜਿੱਦਾਂ ਟ੍ਰੇਨਸ ਨਹੀਂ ਰੁਕਦੀਆਂ, ਕੰਮ ਕਰਦੀਆਂ ਰਹਿੰਦੀਆਂ ਹਨ, ਠੀਕ। ਸੋ ਸਾਰੇ ਲੈਸਨ ਸਾਡੇ ਇਸੇ ਤਰ੍ਹਾਂ ਹੀ ਹਰ ਕਲਾਸ 'ਤੇ ਕਵਰ ਕੀਤੇ ਹੋਏ ਹਨ। ਇਹ 7th ਹੈ, ਤੁਸੀਂ +2 ਚਾਹੁੰਦੇ ਹੋ, +1 ਚਾਹੁੰਦੇ ਹੋ, 10th ਚਾਹੁੰਦੇ ਹੋ, 8th ਚਾਹੁੰਦੇ ਹੋ, ਮੈਨੂੰ ਤੁਸੀਂ ਵਟਸਐਪ ਕਰ ਸਕਦੇ ਹੋ। ਮੇਰਾ ਵਟਸਐਪ ਨੰਬਰ ਹੈ, ਮੈਂ ਇੱਥੇ ਨੋਟਪੈਡ 'ਤੇ ਲਿਖ ਦਿੰਦਾ ਤਾਂ ਕਿ ਤੁਹਾਨੂੰ ਸੌਖ ਹੋ ਜੇ ਨੋਟ ਕਰਨ 'ਚ, 9501103515 ਇਹ ਮੇਰਾ ਵਟਸਐਪ ਨੰਬਰ ਆ। ਤੁਸੀਂ ਇੱਥੇ ਮੈਨੂੰ ਵਟਸਐਪ ਕਰਕੇ ਈ ਬੁੱਕ ਜਿਹੜੀਆਂ ਮੰਗਵਾ ਸਕਦੇ ਹੋ, ਠੀਕ ਹੈ। ਓਕੇ ਜੀ, ਥੈਂਕ ਯੂ, ਹੋਪ ਤੁਹਾਨੂੰ ਇਹ ਸੌਖਾ ਲੱਗਿਆ ਹੋਏਗਾ ਤਰੀਕਾ। ਜਿਨ੍ਹਾਂ ਜਿਨ੍ਹਾਂ ਨੂੰ ਵੀ ਈ ਬੁੱਕਸ ਚਾਹੀਦੀਆਂ ਹਨ ਨਵੇਂ ਸੈਸ਼ਨ ਦੀਆਂ, ਕਲਾਸ 8th ਦੀ ਮੈਂ ਹਜੇ ਬਣਾ ਰਿਹਾ ਵਾਂ, ਕਲਾਸ 8th ਲਈ ਫਿਲਹਾਲ ਈ ਬੁੱਕ ਤਿਆਰ ਨਹੀਂ ਹੈ, ਉਹ ਪੁਰਾਣੀ ਤਿਆਰ ਸੀ, ਉਹਦਾ ਹੁਣ ਕੋਈ ਫਾਇਦਾ ਨਹੀਂ, ਅਤੇ ਉਹਦੇ ਜਿੰਨੇ ਲੈਸਨਸ ਆ ਉਹ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰ ਸਕਦਾ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਉਹ ਵੀ ਸਾਰੇ ਲੈਸਨਸ ਜਲਦੀ ਜਲਦੀ ਅਪਡੇਟ ਕਰਕੇ ਉਹਦੀ ਈ ਬੁੱਕ ਜਿਹੜੀ ਛੁੱਟੀਆਂ ਜਿਹੜੀਆਂ ਸਮਰ ਵੈਕੇਸ਼ਨਸ ਆ, ਉਹਦੇ 'ਚ ਇੱਕ ਕੰਮ ਪੂਰਾ ਕਰਕੇ ਉਹ ਸਾਰਿਆਂ ਦੇ ਜਿਹੜਾ ਸਮਰਪਿਤ ਕਰਦੀ ਹੈ, ਠੀਕ। ਸੋ ਥੈਂਕ ਯੂ ਸੋ ਮੱਚ, ਮਿਲਦੇ ਹਾਂ ਅਗਲੀ ਵੀਡੀਓ 'ਚ।